ਹਾਂਜੀ ਦੋਸਤੋ ਸਵਾਗਤ ਕਰਦੇ ਜੀ ਤੁਹਾਡਾ ਆਪਣੇ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡਰ ਜਿਸ ਤਰ੍ਹਾਂ ਕਿ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿਸ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਜਿਸ ਤਰ੍ਹਾਂ ਕਿ UPSC ਵੱਲੋਂ ਬਹੁਤ ਵੱਡਾ ਇੱਕ ਫੈਸਲਾ ਲਿਆ ਗਿਆ ਜਿਸ ਦੇ ਬਾਰੇ ਡੇਟ ਪੋਸਟਪੋਨ ਕੀਤੀ ਗਈ ਹੈ ਜੋ ਕਿ UPSC ਇਗਜ਼ਾਮ ਦੀ ਸਿਵਲ ਸਰਵਿਸ ਦੀ IAS ਇਗਜ਼ਾਮ ਦੀ ਜੋ ਕਿ ਪ੍ਰੀਲੀਮਰੀ ਇਗਜ਼ਾਮ ਹੋਣਾ ਸੀ ਜਿਸ ਤਰ੍ਹਾਂ ਕਿ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰ ਰਹੇ ਹਾਂ UPSC ਦੇ ਵੱਲੋਂ ਜਿਸ ਤਰ੍ਹਾਂ ਕਿ ਬਹੁਤ ਵੱਡਾ ਜੋ ਇੱਕ ਫੈਸਲਾ ਲਿਆ ਗਿਆ ਡਿਸੀਜਨ ਲਿਆ ਗਿਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਜਿਸ ਤਰ੍ਹਾਂ ਕਿ ਆਪਾਂ ਖਬਰ ਨੂੰ ਪੂਰਾ ਪ ਇਨੂੰ ਕੱਲ ਹੀ ਇਸ ਦਾ ਜੋ ਇੱਕ ਤਰ੍ਹਾਂ ਦਾ ਪਬਲਿਕ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਤਾਂ ਕਮਿਸ਼ਨ ਹੈਲਡ ਅ ਸਪੈਸ਼ਲ ਮੀਟਿੰਗ ਔਨ 4 ਮਈ 2022 ਰਿਵਿਊ ਦ ਸਿਚੁਏਸ਼ਨ ਆਫਟਰ ਸੈਕੰਡ ਫੇਜ਼ ਆਫ ਅ ਨੈਸ਼ਨਵਾਈਡ ਲਾਕਡਾਊਨ ਡਿਊ ਟੂ ਕੋਵਿਡ-19 ਠੀਕ ਹੈ ਜੀ ਜਿਸ ਦੇ ਵਿੱਚ ਇੱਕ ਜਿਸ ਤਰ੍ਹਾਂ ਕਿ ਇੱਕ ਮੀਟਿੰਗ ਹੋਈ ਚ ਜਿਸ ਦੇ ਵਿੱਚ ਕਿ ਸਪੈਸ਼ਲ ਡਿਸੀਜਨ ਲਿਆ ਗਿਆ ਮੀਟਿੰਗ ਦੇ ਵਿੱਚ ਜਿਸ ਦੇ ਵਿੱਚ ਕੀ ਕਿਹਾ ਐਕਸਟੈਂਸ਼ਨ ਆਫ ਹਿਸ ਰੈਸਟ੍ਰਿਕਸ਼ਨਸ ਐਂਡ ਦ ਕਮਿਸ਼ਨ ਡਿਸਾਈਡਡ ਏਟ ਇਟ ਵਿਲ ਨੋਟ ਪੋਸੀਬਲ ਟੂ ਰੀਜ਼ਿਊਮ ਐਗਜ਼ਾਮੀਨੇਸ਼ਨ ਜਿਸ ਤਰ੍ਹਾਂ ਕਿ ਕਹਿੰਦੇ ਪੋਸੀਬ ਨੂੰ ਠੀਕੇ ਜਿਨੀਆਂ ਵੀ ਇਸ ਦੇ ਇੰਟਰਵਿਊਜ਼ ਹੁੰਦੇ ਨੇ ਉਸ ਤੋਂ ਆਫਟਰ ਉਸ ਤੋਂ ਬਾਅਦ ਐਗਜ਼ਾਮ ਤੋਂ ਬਾਅਦ ਉਹ ਨਹੀਂ ਲੈ ਸਕਦੇ ਤਾਂ ਕਰਕੇ ਜੋ ਪ੍ਰੀਲਿਮਰੀ ਐਗਜ਼ਾਮ ਸੀ ਜੋ ਕਿ 31 ਮਈ 2020 ਨੂੰ ਹੋਣਾ ਸੀ ਉਸ ਨੂੰ ਕੀ ਕੀਤਾ ਗਿਆ ਜੀ ਡਿਫਰਡ ਕੀਤਾ ਗਿਆ ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਬਟ ਜਿਸ ਦੀ ਡੇਟ ਹੈ ਹਲੇ 1 ਮੰਥ ਦੇ ਵਿੱਚ ਵਿੱਚ ਜਿਸ ਦਾ ਜੋ ਪੂਰੀ ਜੋ ਪੈਟਰਨ ਰਹੇਗਾ ਇਸ ਦੀ ਡੇਟ ਵਗੈਰਾ ਦਾ ਉਹ ਸਾਰਾ ਤੁਹਾਨੂੰ ਦੇ ਦਿੱਤਾ ਜਾਊਗਾ 1 ਮੰਥ ਦੇ ਵਿੱਚ ਵਿੱਚ ਜਿਸ ਤਰ੍ਹਾਂ ਕਿ ਇਹਨਾਂ ਨੇ ਪੂਰਾ ਸ਼ਡਿਊਲ ਜੋ ਇਸ ਦੇ ਵਿੱਚ ਲਿਖਿਆ ਗਿਆ ਸ਼ਡਿਊਲ ਹੈਲਡ ਟੂ ਬੀ ਸ਼ਡਿਊਲ ਟੂ ਬੀ ਹੋਲਡ ਔਨ 31 ਮਈ 2020 ਥੇਰਫੋਰ ਸਟੈਂਡ ਐਫਰਡ ਸਿンス ਥਿਸ ਇਸ एग्जामिनेशन आल्सो सर्व एज द स्क्रीनिंग टेस्ट एक स्क्रीनिंग टेस्ट हों फर इंडियन फॉरेस्ट सर्विस एग्जामिनेशन द शेड्यूल फॉर द इंडियन फॉरेस्ट सर्विस एग्जामिनेशन इज आल्सो डेफर्ड दग्जाम जी डेफर्ड गए सिचुएशन विल भी रिव्यू अगेन ऑन मई दो टू थाउजेंड ट्वेंटी द फ्रैश रेट्स फॉर द फॉर दिज एग्जामिनेशन शेल वी नोटिफाइड ਔਨ ਦੀ ਯੂਪੀਐਸਸੀ ਸਾਈਟ ਡਿਊ ਡਿਊ ਕੋਰਸ ਇਨ ਡਿਊ ਕੋਰਸ ਮੀਨਸ ਉਹ ਬਹੁਤ ਜਲਦੀ ਤੁਹਾਨੂੰ ਦੇ ਦਿੱਤੀ ਜਾਊਗੀ ਦ ਕਮਿਸ਼ਨ ਹੈਜ਼ ਆਲਰੇਡੀ ਡੈਫਰਡ ਦ ਫੋਲੋਇੰਗ ਪਰਸਨੈਲਿਟੀ ਟੈਸਟ ਫੋਰ ਰਿਮੇਨਿੰਗ ਕੈਂਡੀਡੇਟ ਫੋਰ ਦੀ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਨੋਟੀਫਿਕੇਸ਼ਨ ਫੋਰ ਦਾ ਇੰਡੀਅਨ ਇਕਨੋਮਿਕ ਸਰਵਿਸ ਇੰਡੀਅਨ ਸਟੈਟਿਸਟੀਕਲ ਸਰਵਿਸ ਐਗਜ਼ਾਮੀਨੇਸ਼ਨ 2020 and combined as medical service examination te us to baad central armed police force examination ਐਂਡ ਜੋ 5th ਹੈ ਜੀ NDA and Naval Academy Service Examination 2020 ਇਹ ਸਾਰੇ एग्जाम ਕੀ ਕੀਤੇ ਗਏ ਨੇ ਜੀ ਡਿਫਰਡ ਕਰ ਦਿੱਤੇ ਗਏ ਨੇ ਹਲੇ ਕੁਝ ਸਮੇਂ ਲਈ ਇਹਨਾਂ ਦੀ ਜੋ ਡੇਟ ਹੈ ਉਹ ਤੁਹਾਨੂੰ ਐਟ ਲਿਸਟ 30 ਡੇਸ ਦੇ ਵਿੱਚ ਵਿੱਚ ਕੀ ਦਿੱਤੀ ਜਾਊਗੀ ਤੁਹਾਨੂੰ ਬਹੁਤ ਜ਼ਿਆਦਾ ਇਨਸ਼ੋਰ ਕਰ ਦਿੱਤਾ ਜਾਊਗਾ ਕਿ ਕਦੋਂ ਇਹਨਾਂ ਦੀ ਜੋ ਐਗਜ਼ਾਮੀਨੇਸ਼ਨ ਹੋਣਗੇ ਠੀਕ ਹੈ ਜੀ ਇਹ ਹੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਬਾਕੀ ਨਾਲ ਜ਼ਰੂਰ ਸ਼ੇਅਰ ਕਰਨਾ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਇਸ ਚੈਨਲ ਨੂੰ ਵੀ ਜਰੂਰ ਸ਼ੇਅਰ ਕਰੋ ਤੇ ਕੋਈ ਵੀ ਜੇ ਤੁਸੀਂ ਕੁਝ ਵੀ ਸੁਜੈਸ਼ਨ ਹੈ ਜੋ ਉਸਦੇ ਬਾਰੇ ਰਾਇਤ ਉਸ ਕਮੈਂਟ ਦੇ ਵਿੱਚ ਦੇਣਾ ਚਾਹੋ ਤਾਂ ਜਰੂਰ ਦਿਓ ਤੇ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਨਾਲ